तहसील चूनिया के नवाही गांव नवाकोट मंडी के में म्युनिसिपल कमेटी चूनिया ने वज़ीर-आला पंजाब मरियम नवाज शरीफ के अहकाम की खुलेआम धचकियां उड़ा दी। मजीद हमारे नुमाइंदे आदिल कसूरी से। जी आदिल। जी बिल्कुल, इस वक्त हम मौजूद है तहसील चूनिया डिस्ट्रिक्ट कसूर के नवाही गांव नवाकोट मुंडे की में। नवाकोट मुंडे की गलियां और नालियां इंतहाई गंदगी का मंजर पेश कर रही हैं। अगर हम बात करें यहां पर म्यूनसिपल कमेटी चूनिया की, तो म्यूनसिपल कमेटी चूनिया ने वजीर आला पंजाब मरियम नवाज शरीफ के अहकाम की खुलेआम धज्जियाँ उड़ा दी हैं। यहाँ के रहने वाले कुछ गाँव वाले हमारे साथ मौजूद हैं, उनसे जानते हैं कि उनका क्या कहना है। जी भाजी, 3 साल हो चले ने रूड़ियाँ ਪਾਣੀ ਉਵੇਂ ਦੀ ਉਵੇਂ ਪਈਆਂ ਆਉਂਦੇ ਨੇ, ਕੱਢਦੇ ਨੇ ਫਿਰ ਗੰਦ ਉਵੇਂ ਵਿੱਚ, ਫਿਰ ਪੈ ਨਾਲ ਚੁੱਕੇ ਵੀ ਨਹੀਂ ਲਿਜਾਂਦੇ ਹੈਗੇ। 3 ਸਾਲ ਹੋ ਗਏ ਸਾਡੀ ਘੁੰਮਾ ਤਾਂ ਗਿਆ, ਬੀਜ ਲੱਗੇ ਜਲਦ ਤੋਂ ਜਲਦ ਸਾਡਾ ਚੁਕਾਇਆ ਜਾਵੇ, ਬੜੀ ਮਿਹਰਬਾਨੀ। ਇਹ ਕੋਈ 3 ਸਾਲ ਤੋਂ ਉੱਤੇ ਹੀ ਹੋ ਗਿਆ ਸਰ ਜੀ, ਇਵੇਂ ਪਈ ਗੰਦਗੀ, ਕੋਈ ਚਕੀਚ ਕੂਚ ਨਹੀਂ ਰਹੀ, ਨਾਲੀਆਂ ਇਹਦੋਂ ਬੁਰਾ ਹਾਲ ਹੋਇਆ ਪਿਆ, ਬਾਜ਼ਾਰ ਦਾ ਇਹਦੋਂ ਬੁਰਾ ਹਾਲ, ਬਾਰਿਸ਼ ਪੈ ਜਾਂਦੀ ਹੈ, ਤੁਹਾਨੂੰ ਗੁਜ਼ਰਿਆ ਨਹੀਂ ਜਾਂਦਾ ਭਾਅ ਜੀ। ਇੱਥੇ ਕੋਈ ਕਮੇਟੀ ਕਮੂਟੀ ਕੋਈ ਸ਼ੈ ਨਹੀਂ ਆਈ, ਕਿਸੇ ਨੇ ਕੋਈ ਗੰਦ ਗੁੰਦ ਨਹੀਂ ਚੁੱਕਿਆ ਇੱਥੋਂ, ਉਵੇਂ ਹੀ ਪਿਆ ਬਹੁਤ ਹੈ, ਤੁਹਾਡੇ ਸਾਹਮਣੇ ਹੀ ਹੈ ਹਰ ਸ਼ੈ, ਕੋਈ ਇੱਥੇ ਨਹੀਂ ਆਉਂਦਾ ਆਉਂਦਾ। ਨਾਲੀਆਂ ਵੀ ਉਵੇਂ ਭਰੀਆਂ ਪਈਆਂ ਨੇ ਗੰਦਗੀ ਦੇ ਨਾਲ, ਬਾਜ਼ਾਰ ਵੀ ਦੇਖੋ ਸਾਰੇ ਉਵੇਂ ਭਰੇ ਪੈਣ ਗੰਦਗੀ। ਜੀ ਜੈਸਾ ਕਿ ਆਪਨੇ ਸੁਣਾ ਕਿ ਨਵਾਂਕੋਟ ਮੁੰਡੇ ਕੀ ਆਵਾਮ ਕਾ ਯਹੀ ਕਹਿਣਾ ਹੈ ਕਿ ਵਜ਼ੀਰ ਆਲਾ ਪੰਜਾਬ ਔਰ ਡਿਪਟੀ ਕਮਿਸ਼ਨਰ ਕਸੂਰ ਨੋਟਿਸ ਲੈਂ ਔਰ ਨਵਾਂਕੋਟ ਮੁੰਡੇ ਕੀ ਗਲੀਆਂ ਕੀ ਜੋ ਸਫਾਈ ਹੈ ਉਹ ਜਲਦ ਸੇ ਜਲਦ ਕਰਵਾਈ ਜਾਏ। ਜੀ